23 ਜ਼ਿਲ੍ਹੇ 23 ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਫਾਜ਼ਿਲਕਾ ਤੋਂ ਕਰਾਂਗੇ ਜਿੱਥੋਂ ਦੇ 2 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਨੇ। ਦਰਅਸਲ ਅਦਾਲਤ ਦਾ ਰੁਖ ਕਰਕੇ ਪਿੰਡ ਲਾਦੂਕਾ ਚੋਂ ਪਿੰਡ ਅੱਛਾ ਦਿੱਕੀ ਦੀ ਨਵੀਂ ਪੰਚਾਇਤ ਬਣਾਈ ਗਈ ਹੈ ਜਿਸ ਦੀ ਵਾਰਡਬੰਦੀ ਦਾ ਨੋਟੀਫਿਕੇਸ਼ਨ ਹੋਣਾ ਹਾਲੇ ਬਾਕੀ ਹੈ। ਇਸ ਲਈ ਹੁਣ ਲਾਦੂਕਾ ਅਤੇ ਪਿੰਡ ਅੱਛਾ ਦਿੱਕੀ ਦੇ ਵਿੱਚ ਉਪ ਚੋਣਾਂ ਹੋਣਗੀਆਂ। GDPO ਗੁਰਦਰਸ਼ਨ ਲਾਲ ਨੇ ਦੱਸਿਆ ਕਿ ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਦੋਹਾਂ ਪੰਚਾਇਤਾਂ ਦੀ ਵਾਰਡਬੰਦੀ ਦਾ ਨੋਟੀਫਿਕੇਸ਼ਨ ਕਰਵਾਇਆ ਜਾਏਗਾ। ਉਦੋਂ ਲੋਕਾਂ ਦਾ ਇਲਜ਼ਾਮ ਹੈ ਕਿ 2018 'ਚ ਪਿੰਡ ਅੱਛਾ ਦਿੱਕੀ ਬਣਾਇਆ ਗਿਆ ਸੀ ਅਤੇ ਹੁਣ ਤੱਕ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਕਿਉਂ ਨਹੀਂ ਦਿੱਤਾ। ਵਾਈ ਹੱਲਾ ਮੌਕੇ 'ਤੇ ਪਹੁੰਚੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਵਨਾ ਨੇ ਇਸ ਮਾਮਲੇ ਨੂੰ ਲੈ ਕੇ ਲਾਪਰਵਾਹ ਅਧਿਕਾਰੀਆਂ ਨੂੰ ਬੁਲਾਉਣ ਦੇ ਹੁਕਮ ਦਿੱਤੇ। ਸੋ ਅੱਜ ਨੋਮੀਨੇਸ਼ਨ ਹੋਣੇ ਸੀ ਤੇ ਨੋਮੀਨੇਸ਼ਨ ਵਾਸਤੇ ਕੱਲ ਅਸੀਂ ਆਪਦੇ ਜਿਹੜੇ ਹੈਗੇ ਕੋਈ ਡਾਕੂਮੈਂਟਸ ਵਗੈਰਾ ਤਿਆਰ ਕਰ ਰਹੇ ਸੀ। ਸਾਨੂੰ BDO ਦਫ਼ਤਰ ਵੀ ਪਤਾ ਲੱਗਿਆ ਵੀ ਠੀਕ ਹੈ ਜੀ, ਸਾਰਾ ਪ੍ਰੋਸੈਸ ਜਿਹੜਾ ਲਾਦੂਕਾ ਦਾ ਉਹ ਐਜੀਟੀ ਚੱਲ ਰਿਹਾ ਜਿਵੇਂ ਕਿ ਦੂਸਰੇ ਪਿੰਡਾਂ ਦਾ ਚੱਲ ਰਿਹਾ। ਤੇ ਸਾਨੂੰ ਰਾਤ ਨੂੰ ਕੋਈ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਤੁਹਾਡੇ ਲਾਦੂਕਾ ਪਿੰਡ ਦਾ ਜਿਹੜਾ ਹੈ ਉਹ ਇਲੈਕਸ਼ਨ ਰੱਦ ਕੀਤਾ ਜਾਂਦਾ ਹੈ ਔਰ ਅਣਮਿੱਥੇ ਸਮੇਂ ਲਈ, ਕੋਈ ਟਾਈਮ ਬਾਉਂਡ ਨਹੀਂ। ਸੋ ਅਸੀਂ ਇਹ ਫਰਿਆਦ ਲੈ ਕੇ ਅੱਜ ਸਾਡੇ ਹਲਕਾ ਵਿਧਾਇਕ ਨਰਿੰਦਰ ਸਿੰਘ ਸਵਨਾ ਜੀ MLA ਫਾਜ਼ਿਲਕਾ ਕੋਲ ਵੀ ਆਏ ਹਾਂ। ਉਹਦੀ ਜਿਹੜੀ ਵਾਰਡਬੰਦੀ ਨਾ ਹੋਣ ਕਰਕੇ, ਨੋਟੀਫਾਈ ਨਾ ਹੋਣ ਕਰਕੇ ਉਹਦੀ ਵੋਟਰ ਸੂਚੀਆਂ ਨਹੀਂ ਬਣੀਆਂ ਸੀਗੀਆਂ, ਜਿਸ ਕਰਕੇ ਸਾਡੀ ਲਾਦੂਕਾ ਅੱਛਾ ਦਿੱਕੀ ਪੰਚਾਇਤ ਦੀ ਚੋਣ ਜਿਹੜੀ ਆਮ ਚੋਣਾਂ ਦੀ ਬਜਾਏ ਬਾਈ ਇਲੈਕਸ਼ਨ 'ਚ ਹੋਏਗੀ। ਔਰ ਉਸ ਦੋਨਾਂ ਲਾਦੂਕਾ ਔਰ ਅੱਛਾ ਦਿੱਕੀ ਦੀ ਜਿਹੜੀ ਨਵੀਂ ਵਾਰਡਬੰਦੀ ਦੀ ਨੋਟੀਫਿਕੇਸ਼ਨ ਨਾ ਹੋਣ ਕਾਰਨ ਇੱਥੇ ਜਿਹੜਾ ਇਲੈਕਸ਼ਨ ਹੈ ਪੰਚਾਇਤ ਦਾ ਨਹੀਂ ਹੋ ਰਿਹਾ। ਤਾਂ ਉਸ ਕਾਰਨ ਅੱਜ ਅਸੀਂ DC ਫਾਜ਼ਿਲਕਾ ਨੇ ਜਿਹੜੇ ਸਾਡੇ ਸਾਰੇ ਪਿੰਡ ਵਾਸੀਆਂ ਦੇ ਨਾਲ ਅਸੀਂ ਉੱਥੇ ਆਏ ਸੀ ਔਰ DDPO ਸਾਹਿਬ ਉੱਥੇ ਸੀਗੇ। ਤਾਂ ਉੱਥੇ ਇਹੀ ਹੈ ਕਿ ਜਿਹੜਾ ਇਲੈਕਸ਼ਨ ਹੁਣ ਜਾ ਰਿਹਾ ਪੰਚਾਇਤ ਦਾ, ਇਹ ਇਲੈਕਸ਼ਨ ਖਤਮ ਹੋਣ ਤੋਂ ਬਾਅਦ ਇਹਨਾਂ ਦੋਨਾਂ ਪਿੰਡਾਂ ਦੀ ਜਿਹੜੀ ਨਵੀਂ ਵਾਰਡਬੰਦੀ ਦੀ ਨੋਟੀਫਿਕੇਸ਼ਨ, ਜਿੱਦਾਂ ਕਿ DDPO ਸਾਹਿਬ ਨੇ ਦੱਸਿਆ ਕਿ ਇਹਨਾਂ ਦੇ ਡਿਪਾਰਟਮੈਂਟ ਵੱਲੋਂ ਦੁਬਾਰਾ ਜਿਹੜੀ ਨਵੀਂ ਨੋਟੀਫਿਕੇਸ਼ਨ ਹੈ ਵਾਰਡਬੰਦੀ ਦੀ ਉਹ ਕੀਤੀ ਜਾਊਗੀ। ਸਹਿਯੋਗੀ ਸੁਨੀਲ ਨਾਗਪਾਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਰੁਕ ਕਰਾਂਗੇ। ਸੁਨੀਲ, ਇੱਕ ਵਾਰ ਪੂਰਾ ਮਸਲਾ ਤਫਸੀਲ ਦੇ ਨਾਲ ਜਾਣਨਾ ਚਾਹਾਂਗੇ ਤੇ ਹੁਣ ਪ੍ਰਸ਼ਾਸਨਿਕ ਤੌਰ ਤੇ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ, ਇਹ ਵੀ ਜ਼ਰੂਰ ਦੱਸੋ। ਜੀ ਬਿਲਕੁਲ, ਮੈਂ ਤੁਹਾਨੂੰ ਦੱਸਦਾ ਕਿ ਫਾਜ਼ਿਲਕਾ ਦੇ ਨਾਲ ਹੀ 10 ਕਿਲੋਮੀਟਰ ਦੂਰੀ ਤੇ ਪਿੰਡ ਹੈ ਲਾਦੂਕਾ, ਜਿਸ ਦੇ ਵਿੱਚ ਜਿਹੜਾ ਹੈਗਾ ਦੱਸਿਆ ਜਾ ਰਿਹਾ ਕਿ ਇਸ ਦੀਆਂ 2 ਪੰਚਾਇਤਾਂ ਕਰ ਦਿੱਤੀਆਂ ਗਈਆਂ, ਕਿਉਂਕਿ ਕੋਰਟ ਤੱਕ ਜਿਹੜੇ ਲੋਕ ਹੈ ਅਦਾਲਤ ਦਾ ਰੁੱਖ ਜਦੋਂ ਲੋਕਾਂ ਨੇ ਕੀਤਾ ਤਾਂ ਉਸ ਤੋਂ ਬਾਅਦ ਜਿਹੜੀ ਹੈਗੀਆਂ 2 ਪੰਚਾਇਤਾਂ ਕੀਤੀਆਂ ਗਈਆਂ। ਸਥਾਨਕ ਲੋਕਾਂ ਦਾ ਕਹਿਣਾ ਕਿ 2 ਪਿੰਡ ਬਣਾ ਦਿੱਤੇ ਗਏ, ਇੱਕ ਪਿੰਡ ਦਾ ਨਾਂ ਅੱਛਾ ਦਿੱਕੀ ਹੈ ਤੇ ਦੂਸਰੇ ਦਾ ਨਾਂ ਲਾਦੂਕਾ ਹੈ। ਹਾਲਾਂਕਿ ਲੋਕਾਂ ਦਾ ਇਹ ਇਲਜ਼ਾਮ ਹੈ ਕਿ 2018 ਦੇ ਵਿੱਚ ਪਿੰਡ ਹੋਂਦ ਵਿੱਚ ਆ ਗਿਆ, ਪਰ ਉਸਦੀ ਵਾਰਡਬੰਦੀ ਕਿਉਂ ਨਹੀਂ ਹੋਈ, ਨੋਟੀਫਿਕੇਸ਼ਨ ਕਿਉਂ ਨਹੀਂ ਹੋਇਆ, ਕਿੱਥੇ ਢਿੱਲ ਰਹੀ ਹੈ। ਲੋਕ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਹੇ ਹੈ, ਜਦਕਿ ਪ੍ਰਸ਼ਾਸਨ ਦਾ ਤਰਕ ਹੈ ਕਿ ਵਾਰਡਬੰਦੀ ਹੋ ਚੁੱਕੀ ਹੈ ਲੇਕਿਨ ਉਸਦਾ ਨੋਟੀਫਿਕੇਸ਼ਨ ਨਹੀਂ ਹੋਇਆ। ਨੋਟੀਫਿਕੇਸ਼ਨ ਹੋਣਾ ਬਾਕੀ ਹੈ, ਜਿਸ ਕਰਕੇ ਹੈਗਾ ਅਸੀਂ ਜਿਹੜੇ ਹੈਗੇ ਆ ਚੋਣਾਂ ਅਸੀਂ ਨਹੀਂ ਕਰਵਾ ਸਕਦੇ ਹੈਗੇ, ਇਸ ਕਰਕੇ ਉਹਨੇ ਇਸ ਨੂੰ ਬਾਈ ਇਲੈਕਸ਼ਨ ਦੇ ਲਈ ਪੈਂਡਿੰਗ ਰੱਖਿਆ ਹੈਗਾ। ਜਦਕਿ ਮੌਕੇ ਤੇ ਤੁਹਾਨੂੰ ਮੈਂ ਦੱਸਦਾ ਕਿ ਹਲਕਾ ਵਿਧਾਇਕ ਨਰਿੰਦਰਪਾਲ ਸਵਨਾ ਵੀ ਪਹੁੰਚੇ ਸਨ, ਜਿਹਨਾਂ ਨੂੰ ਵੀ ਅਸੀਂ ਸਵਾਲ ਕੀਤਾ ਤਾਂ ਉਹਨਾਂ ਦਾ ਕਹਿਣਾ ਕਿ ਇਸ ਦੇ ਵਿੱਚ ਕਿੱਥੇ ਲਾਪਰਵਾਹੀ ਰਹੀ ਹੈ, ਕਿੱਥੇ ਢਿੱਲ ਰਹੀ ਹੈ, ਇਸ ਬਾਬਤ ਉਹਨਾਂ ਵੱਲੋਂ ਜਾਂਚ ਕਰਵਾਈ ਜਾ ਰਹੀ ਹੈ। DC ਨੂੰ ਵੀ ਹੁਕਮ ਕੀਤੇ ਨੇ ਕਿ ਅਗਰ ਇਸ ਦੇ ਵਿੱਚ ਕੋਈ ਅਧਿਕਾਰੀ ਲਾਪਰਵਾਹ ਪਾਇਆ ਗਿਆ ਤਾਂ ਉਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜੀ, ਤਾਂ ਉੱਥੋਂ ਦੇ ਲੋਕਾਂ ਦਾ ਕੀ ਕਹਿਣਾ, ਇਹਨਾਂ ਦੋਹਾਂ ਪਿੰਡਾਂ ਦੇ ਲੋਕਾਂ ਦੀਆਂ ਵੀ ਕੁਝ ਪ੍ਰਤੀਕਿਰਿਆਵਾਂ ਹੋਣਗੀਆਂ।
ਜੀ ਬਿਲਕੁਲ, ਲੋਕ ਆਪਣੀ ਥਾਂ ਤੇ ਕਹਿ ਰਹੇ ਆ ਜੀ, ਲੋਕਾਂ ਦਾ ਕਹਿਣਾ ਕਿ ਜਦੋਂ 2018 ਦੇ ਵਿੱਚ ਜਦੋਂ ਹਾਈ ਕੋਰਟ ਨੇ ਆਦੇਸ਼ ਦੇ ਦਿੱਤੇ, ਪਿੰਡ ਜਿਹੜਾ ਹੈਗਾ ਅਲੱਗ ਵਸ ਗਿਆ, ਪੰਚਾਇਤ ਵੱਖਰੀ ਬਣ ਗਈ, ਤਾਂ ਉਸ ਤੋਂ ਬਾਅਦ ਕਿਉਂ ਪ੍ਰਸ਼ਾਸਨ ਨੇ ਲਾਪਰਵਾਹੀ ਕੀਤੀ, ਪ੍ਰਸ਼ਾਸਨ ਨੇ ਗੌਰ ਕਿਉਂ ਨਹੀਂ ਕੀਤਾ, ਕਿਉਂ ਜਿਹੜਾ ਪ੍ਰੋਸੈਸ ਹੋਣਾ ਚਾਹੀਦਾ ਸੀ ਉਹ ਆਪਣਾ ਪ੍ਰੋਸੈਸ ਰੈਗੂਲਰ ਕਿਉਂ ਨਹੀਂ ਹੋਇਆ? ਇਸ ਕਰਕੇ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ। ਉਹ ਆਪਣੀ ਮੰਗ ਤੇ ਅੜੇ ਹੋਏ ਨੇ ਕਿ ਚੋਣਾਂ ਹੋਣੀਆਂ ਚਾਹੀਦੀਆਂ, ਸਾਡੇ ਪਿੰਡ ਦੀਆਂ ਚੋਣਾਂ ਕਰਵਾਈਆਂ ਜਾਣ, ਲੇਕਿਨ ਪ੍ਰਸ਼ਾਸਨ ਆਪਣਾ ਤਰਕ ਦੇ ਰਿਹਾ ਕਿ ਨੋਟੀਫਿਕੇਸ਼ਨ ਜਿਹੜਾ ਹੈਗਾ ਵਾਰਡਬੰਦੀ ਦਾ ਨਾ ਹੋਣ ਕਰਕੇ ਚੋਣਾਂ ਨਹੀਂ ਹੋ ਸਕਦੀਆਂ। ਜੀ ਜੀ ਸੁਨੀਲ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ। ਤਾਂ ਪਿੰਡ ਲਾਦੂਕਾ ਦੇ ਵਿੱਚੋਂ ਨਵੀਂ ਬਣੀ ਸੀ ਇੱਕ ਹੋਰ ਪਿੰਡ, ਦੋ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਨੇ। ਵਾਰਡਾਂ ਦੀ ਵਾਰਡਬੰਦੀ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਦੋਨਾਂ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੈਂਸਲ ਕੀਤੀਆਂ ਗਈਆਂ ਨੇ ਤੇ MLA ਦੇ ਵੱਲੋਂ ਲਾਪਰਵਾਹਕਾਰੀਆਂ ਨੂੰ ਤਲਬ ਕਰਨ ਦੇ ਹੁਕਮ ਦਿੱਤੇ ਗਏ ਨੇ।